ਤਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਾਰੀ ਪਾਰਟੀਆਂ ਦੇ ਵੱਲੋਂ ਚੋਣ ਪ੍ਰਚਾਰ ਕੀਤੇ ਜਾ ਰਹੇ ਨੇ ਤਾਂ ਉੱਥੇ ਹੀ ਸਿਮਰਨਜੀਤ ਸਿੰਘ ਮਾਨ ਨੇ ਵੀ ਚੋਣ ਮੁਹਿੰਮ ਪਖਾ ਦਿੱਤੀ ਹੈ। ਉਹਨਾਂ ਦੇ ਵੱਲੋਂ ਲੋਕਾਂ ਨੂੰ ਪੰਥਕ ਤੇ ਲੋਕ ਮੁੱਦਿਆਂ ਤੇ ਵੋਟ ਪਾਉਣ ਦੀ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਹੈ ਕਿ ਬੀਜੇਪੀ ਤੇ ਰਾਮ ਮੰਦਿਰ ਦੇ ਨਾਂ ਤੇ ਵੋਟ ਮੰਗਣ ਦਾ ਵੀ ਇਲਜ਼ਾਮ ਲਾਇਆ ਗਿਆ। ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਸੁਖਪਾਲ ਖਹਿਰਾ ਮੇਰੇ ਬਰਾਬਰ ਨਹੀਂ ਹੈ, ਖਹਿਰਾ ਸਿੱਖਾਂ ਦੇ ਅਸਲੀ ਮੁੱਦੇ ਚੁੱਕਣ 'ਚ ਨਾਕਾਮ ਰਿਹਾ। ਤਾਂ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਇਹ ਬਿਆਨ ਦਿੱਤੇ ਗਏ ਨੇ। ਇਹ ਚੀਜ਼ਾਂ ਉਹ ਗੱਲ ਨਹੀਂ ਕਰ ਸਕਦੇ ਜਿਹੜੇ ਗਵਰਨਮੈਂਟ ਦੀ ਨਵੀਂ ਪਾਲਿਸੀ ਹੈ, ਮੋਦੀ ਦੀ, ਸ਼ਾਹ ਦੀ, ਜੈਸ਼ੰਕਰ ਦੀ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੀ, ਕਿ ਜਿਹੜਾ ਵੀ ਸਿੱਖ ਆਜ਼ਾਦੀ ਦੀ ਗੱਲ ਕਰੂਗਾ, ਬੇਸ਼ੱਕ ਬਾਹਰ ਦੇ ਮੁਲਕ ਹੋਵੇ, ਬੇਸ਼ੱਕ ਇੰਡੀਆ 'ਚ ਹੋਵੇ, ਉਹਨੂੰ ਅਸੀਂ ਜਾਨੋਂ ਮਰਵਾ ਦੇਣਾ। ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਹੋ ਕਿ ਮੇਰੇ ਵਿਰੋਧੀ ਹੈ, ਉਹ ਇਹ ਗੱਲ ਕਰ ਸਕਦੇ ਹੈਗੇ ਆ? ਉਹ ਇਹ ਗੱਲ ਜੇ ਕਰਨ ਫਿਰ ਤਾਂ ਉਹ ਬਰਾਬਰ ਦੀ ਰੇਸ ਦੇ ਵਿੱਚ ਹੈਗੇ ਆ। ਜੇ ਉਹ ਸਿੱਖਾਂ ਦੀ ਘੱਟ ਗਿਣਤੀਆਂ ਦੀ ਤਕਲੀਫ ਨਹੀਂ ਦੱਸ ਸਕਦੇ, ਸੋ ਇਹੋ ਜਿਹੀਆਂ ਗੱਲਾਂ ਜੇ ਇਹ ਲੋਕ ਕਰ ਦੇਣ ਫਿਰ ਤੁਸੀਂ ਸਮਝ ਸਕਦੇ ਹੋ ਕਿ ਇਹ ਬਰਾਬਰ ਦੀ ਲੜਾਈ ਲੜ ਸਕਦੇ ਹੈ ਅਤੇ ਇਹ ਕਾਬਲ ਹੈ। ਪਰ ਜੇ ਨਹੀਂ ਕਰਦੇ ਤਾਂ ਫਿਰ ਤੁਸੀਂ ਆਪ ਹੀ ਜਾਇਜ਼ਾ ਲਾ ਲਓ ਕਿ ਇਹਨਾਂ ਦੇ ਵਿੱਚ। ਹੁਣ ਗੱਲ ਜ਼ੀਰਕਪੁਰ ਤੋਂ ਚੰਡੀਗੜ੍ਹ ਦੇ ਟ੍ਰਿਬਿਊਨ ਚੌਕ ਤੱਕ ਬਣਨ ਵਾਲੇ ਫਲਾਈਓਵਰ ਦੀ। ਤਾਂ ਜ਼ੀਰਕਪੁਰ ਤੋਂ ਚੰਡੀਗੜ੍ਹ ਦੇ ਟ੍ਰਿਬਿਊਨ ਚੌਕ ਤੱਕ ਹੁਣ ਫਲਾਈਓਵਰ ਬਣਾਇਆ ਜਾਵੇਗਾ। ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਇਸ ਨੂੰ ਝੰਡੀ ਦੇ ਦਿੱਤੀ ਗਈ ਹੈ। 2019 'ਚ ਇਸ ਨੂੰ ਲੈ ਕੇ ਰੋਕ ਲਗਾਈ ਗਈ ਸੀ, ਤਾਂ ਹਾਈ ਕੋਰਟ ਨੇ ਹੁਣ ਫਲਾਈਓਵਰ ਨੂੰ ਸਮੇਂ ਦੀ ਮੰਗ ਦੱਸਿਆ। ਉਹਨਾਂ ਨੇ ਕਿਹਾ ਕਿ 5 ਸਾਲ ਤੋਂ ਇਹ ਵਿਕਾਸ ਕਾਰਜ ਰੁਕਿਆ ਹੋਇਆ ਸੀ, ਜਿਸ ਨੂੰ ਹੁਣ ਮੁੜ ਤੋਂ ਸ਼ੁਰੂ ਕੀਤਾ ਜਾਵੇਗਾ। ਰਨ ਕਲੱਬ ਨਾਂ ਦੀ ਸੰਸਥਾ ਨੇ ਫਲਾਈਓਵਰ ਦੇ ਖਿਲਾਫ ਪਟੀਸ਼ਨ ਪਾਈ ਸੀ। ਤਾਂ ਹੁਣ ਜਲਦ ਹੀ ਜ਼ੀਰਕਪੁਰ ਤੋਂ ਚੰਡੀਗੜ੍ਹ ਦੇ ਟ੍ਰਿਬਿਊਨ ਚੌਕ ਤੱਕ ਫਲਾਈਓਵਰ ਦਾ ਕੰਮ ਸ਼ੁਰੂ ਹੋਵੇਗਾ। ਹਾਈਕੋਰਟ ਦੇ ਵੱਲੋਂ ਇਸ ਨੂੰ ਹਰੀ ਝੰਡੀ ਦਿੱਤੀ ਗਈ ਹੈ। ਪੰਜਾਬ, ਹਰਿਆਣਾ, ਹਿਮਾਚਲ ਤੇ ਦਿੱਲੀ ਆਉਣ ਵਾਲੇ ਤੇ ਜਾਣ ਵਾਲੇ ਲੋਕਾਂ ਨੂੰ ਇੱਕ ਵੱਡੀ ਰਾਹਤ ਮਿਲੀ ਹੈ। ਜੀ ਹਾਂ, ਚੰਡੀਗੜ੍ਹ ਤੋਂ ਜ਼ੀਰਕਪੁਰ ਤੱਕ ਫਲਾਈਓਵਰ ਬਣਨ ਦਾ ਰਸਤਾ ਸਾਫ਼ ਹੋ ਚੁੱਕਿਆ। ਪਿਛਲੇ 5 ਸਾਲਾਂ ਤੋਂ ਇਸ ਫਲਾਈਓਵਰ ਤੇ ਬਣਨ ਤੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਰੋਕ ਲੱਗੀ ਹੋਈ ਸੀ, ਜਿਹੜੀ ਹੁਣ ਪੰਜਾਬ ਹਰਿਆਣਾ ਹਾਈਕੋਰਟ ਨੇ ਰੋਕ ਹਟਾ ਲਈ ਹੈ। ਦੱਸ ਦਈਏ ਕਿ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਇਹ ਫਲਾਈਓਵਰ ਬਣਾਉਣ ਦੀ ਯੋਜਨਾ 2019 'ਚ ਬਣਾਈ ਸੀਗੀ, ਲੇਕਿਨ ਇੱਕ ਸੰਸਥਾ ਹਾਈਕੋਰਟ ਵੀ ਚਲੀ ਜਾਂਦੀ ਹੈ ਔਰ ਕਹਿੰਦੀ ਹੈ ਕਿ ਇਸ ਫਲਾਈਓਵਰ ਦੇ ਬਣਾਉਣ ਦੇ ਰਸਤੇ ਵਿੱਚ 700 ਪੇੜ ਕੱਟੇ ਜਾਣੇ ਹੈ, ਜੋ ਕਿ ਸਹੀ ਨਹੀਂ ਹੈ। ਉਸ ਟਾਈਮ ਹਾਈਕੋਰਟ ਨੇ ਰੋਕ ਲਾ ਦਿੱਤੀ ਸੀ, ਲੇਕਿਨ ਹੁਣ ਹਾਈਕੋਰਟ ਨੇ ਕਿਹਾ ਕਿ ਸਮੇਂ ਦੀ ਮੰਗ ਹੈ ਕਿ ਹੁਣ ਇਹ ਫਲਾਈਓਵਰ ਬਣਨਾ ਚਾਹੀਦਾ ਤਾਂ ਕਿ ਲੋਕਾਂ ਨੂੰ ਭਾਰੀ ਜਾਮ ਤੋਂ ਛੁਟਕਾਰਾ ਮਿਲ ਸਕੇ। ਹੁਣ ਇਸ ਰੋਕ ਹਟਾਉਣ ਤੋਂ ਬਾਅਦ ਫਲਾਈਓਵਰ ਬਣਨ ਦਾ ਰਸਤਾ ਸਾਫ਼ ਹੋ ਗਿਆ ਅਤੇ ਲੋਕਾਂ ਨੂੰ ਹੁਣ ਇੱਕ ਵੱਡੀ ਰਾਹਤ ਮਿਲਣ ਜਾ ਰਹੀ ਹੈ। ਵੀਡੀਓ ਜਰਨਲਿਸਟ ਰਾਜਿੰਦਰ ਦੇ ਨਾਲ ਉਮੇਸ਼ ਸ਼ਰਮਾ।